ਬੀਬੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਚੰਗਾ। ਸਰਦਾਰ ਭਗਤ ਸਿੰਘ ਹੋਰਾਂ ਦੀ ਤੁਹਾਡੇ ਵੀਰ ਸਨ ਅਤੇ ਭੈਣਾਂ ਸਭ ਤੋਂ ਵੱਧ ਆਪਣੇ ਵੀਰਾਂ ਨੂੰ ਪਿਆਰ ਕਰਦੀਆਂ ਹੁੰਦੀਆਂ, ਉਹਨਾਂ ਦੀ ਬਰਸੀ ਹੈ। ਤੁਸੀਂ ਸਰਦਾਰ ਭਗਤ ਸਿੰਘ ਜੀ ਦੇ ਬਾਰੇ 'ਚ ਜੋ ਕੁਝ ਜਾਣਦੇ ਹੋ ਸਾਨੂੰ ਦੱਸੋ। ਅਤੇ ਦੋ ਤਿੰਨਾਂ ਭੈਣਾਂ ਸੀ, ਮਾਤਾ ਦੇ ਪਿਤਾ ਜੀ ਸੀ। ਉਹਨਾਂ ਨੇ ਜਾਂਦਿਆਂ ਕਹਿੰਦਾ, ਤੁਸੀਂ ਲੋਕਾਂ ਨੇ ਕਿਹਾ ਵੀ ਅਪੀਲ ਕਰੋ, ਮੈਂ ਅਪੀਲ ਕਰ ਦਿੱਤੀ। ਕਹਿੰਦਾ ਉਹ ਇੰਨੇ ਦੇ ਗੁੱਸੇ ਹੋ ਗਏ, ਗੁਰਦਾਸ ਨੂੰ ਰੋਣ ਲੱਗ ਗਏ। ਗੁਰਵੀਰ ਸਿੰਘ ਸਾਨੂੰ ਨਾਲ ਜੇਲ੍ਹ ਸੀਗਾ ਆਪਣਾ, ਰਾਜਗੁਰੂ ਸੁਖਦੇਵ ਸੁਖਦੇਵ ਸੀ, ਕਹਿੰਦੇ ਦੇਖੋ ਕੀ ਕਰਦਾ। ਪਤਾ ਨਾ ਸੀ, ਦੋ ਭੈਣਾਂ, ਮੈਂ ਕੋਡੀ ਹੋ ਗਈ, ਛੋਟੀ ਦੇਖਦੀ ਮੈਨੂੰ ਵੀ ਦਿਖਾ ਹੁਣ। ਫਿਰ ਦੋਈਤਾ ਰੱਖ ਕੇ ਮੈਂ ਮਾੜਾ ਦੇਖਿਆ, ਦਾਦੀ ਬੜੇ ਬੁਲਾਈ, ਬਹੁਤ ਬੁਰਾ ਹਾਲ ਹੋਣਾ। ਮਾਂ ਮਰ ਗਈ। ਉਹਨੇ ਆਪਣਾ ਫਲ ਫਲ ਪਿਆਉਣਾ, ਇੱਦਾਂ ਮੱਛਰਾਂ ਦਾ ਪਾ ਲਏ। ਅਤੇ ਫਿਰ ਮੈਂ ਇੰਨਾ ਗੁੱਸਾ ਹੋ ਗਿਆ, ਵੀ ਤੁਸੀਂ ਕਿਉਂ ਅਪੀਲ ਕੀਤੀ? ਬਸ ਕੁਪਰਾਜ ਨੂੰ ਰੋਲ ਪਿਆ, ਸਾਨੂੰ ਜਵਾਬ ਦੇ ਦਿਆ, ਮੈਂ ਨਹੀਂ ਮਿਲਣਾ ਚਾਹੂੰ। ਡੇਲੀ ਜਾ ਕੇ ਖੇਲੀ ਹੋਈ, ਭੈਣ ਨੇ ਕਿਹਾ ਛੋਟੀ ਨੂੰ, ਬੜੀ ਨੇ ਅਮਰ ਕੌਰ ਨੂੰ ਰੱਖੜੀ ਬੰਨ ਲਈ। ਰੱਖੜੀ ਬੰਨ ਲੱਗੀ ਤਾਂ ਬਾਹਰ ਨਿਕਲ ਗਏ, ਬਾਹਰ ਨਿਕਲ ਦਿੰਦੀ ਬਾਹਰ, ਮੈਨੂੰ ਮੁੜ ਕੇ ਅੰਦਰ ਬਾਹਰ ਲਿਆ। ਮੈਂ ਇਨਕਲਾਬ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਆਪਣੇ ਰੱਖੜੀ ਬੰਨ ਗਈ। ਜਦੋਂ ਛੋਟੇ ਹੁੰਦੇ ਸੀਗੇ ਤੁਸੀਂ ਸਰਦਾਰ ਭਗਤ ਸਿੰਘ ਹੋਰਾਂ ਨਾਲ ਤੁਸੀਂ ਖੇਡਦੇ ਹੁੰਦੇ ਸੀ? ਹਾਂਜੀ, ਉਹ ਬਹੁਤ ਪਿਆਰ ਕਰਦੇ ਸੀਗੇ। ਉਹ ਕਬੱਡੀ ਖੇਡ ਜਾਂਦੇ ਹੁੰਦੇ ਸੀਗੇ, ਤੁਸੀਂ ਨਾਲ ਲੈ ਕੇ ਜਾਂਦੇ ਸੀ, ਦੇਰ ਗੱਲਾਂ ਕਰਦੇ ਹੁੰਦੇ ਸੀ। ਕਹਿੰਦੇ ਅਮਰ ਕੌਰ ਤਾਂ ਮਰਨ ਪਿਆਰ ਹੈ ਮੇਰੇ ਨਾਲ, ਪਹਿਲਾਂ ਮੈਨੂੰ ਅੰਗਰੇਜ਼ ਤੋਂ ਲੜਾਈ ਲੜਨਾ ਤੈਂ ਲੜਨਾ, ਆਪਣੇ ਘਰ ਆਉਣੇ ਬਹੁਤ ਲੁੱਟਣਾ ਦੁਨੀਆਂ ਨੂੰ, ਦੁਨੀਆਂ ਨਾਲ ਲੜਨਾ, ਮੇਰੀ ਲੜਾਈ ਹੋ ਗਈ ਆਪਣੇ ਵੀ। ਤੁਸੀਂ ਭਗਤ ਸਿੰਘ ਨਾਲ ਤੁਸੀਂ ਵੀ ਲੜਦੇ ਹੁੰਦੇ ਸੀ ਕਦੇ? ਲੜਨਾ ਕੀ ਸੀ, ਪਿਆਰ ਬਹੁਤ ਕਰਦੇ ਸੀ, ਨਾ ਲੜ ਨਹੀਂ ਸਕਦਾ, ਨਿਆਣਾ ਲੜ ਵੀ ਸਕਦਾ। ਕਿੱਦਾਂ ਦੀਆਂ ਖੇਡਾਂ ਖੇਡਦੇ ਹੁੰਦੇ ਸੀ ਛੋਟੇ ਹੁੰਦੇ? ਗੁੱਸੇ ਚ ਰਹਿੰਦੇ ਹੁੰਦੇ ਸੀ, ਖੁਸ਼ ਰਹਿੰਦੇ ਸੀ, ਗੁੱਸਾ ਤਾਂ ਹੋਇਆ ਹੀ ਨਿਕਲਿਆ, ਮੈਂ ਦੱਸਿਆ ਮੂੰਹ ਗੁੱਸਾ ਗੁੱਸਾ ਦੇਖਿਆ ਹੀ ਨਹੀਂ। ਤੁਹਾਨੂੰ ਕੋਈ ਗੱਲਾਂ ਯਾਦ ਆ ਜਿਹੜੀਆਂ ਛੋਟੇ ਹੁੰਦੇ ਜਾਂ ਤੁਸੀਂ ਉਹਨਾਂ ਨਾਲ ਕੀਤੀਆਂ ਹੋਣੀਆਂ? ਆਹੀ ਗੱਲਾਂ ਕਰਦੇ ਸੀ ਵੀ ਤੈਂ ਆਜ਼ਾਦੀ ਤੈਂ ਲੈਣਾ, ਗੱਲ ਕਰ ਦੇਣਾ, ਅਮਰ ਕੌਰ ਦਾ ਪਿਆਰ ਪਈ ਹੈ ਅਤੇ ਵੀ ਤੂੰ ਖਿਆਲ ਰੱਖੀ ਅਤੇ ਇਹ ਕਾਲੇ ਨਾਲ ਲੁੱਟਣਾ, ਕਾਲਿਆਂ ਨੂੰ ਕਾਲਿਆਂ ਨਾਲ ਤੈਂ ਲੈਣਾ, ਬਿਜਲੀ ਲਾਈ ਪਈ ਉਹਨਾਂ ਨਾਲ। ਭਗਤ ਸਿੰਘ ਜੀ ਕਦੇ ਪਾਠ ਵੀ ਕਰਦੇ ਹੁੰਦੇ ਸੀ ਤੁਸੀਂ? ਮੈਂ ਵੇਖਿਆ ਤੁਸੀਂ ਹੁਣ ਪਾਠ ਕਰਦੇ, ਉਹ ਇੱਦਾਂ ਕਰਦੇ ਸੀ, ਗੀਤਾਂ ਦਾ ਪਾਠ ਕਰਦੇ, ਫਿਰ ਉਹ ਸੁਰਮੇਸ਼ਵਰ ਦਾ ਪਾਠ ਕਰਦਾ, ਫਿਰ ਉਹ ਆਪਣੇ
ਮੁਸਲਮਾਨ ਕੀ ਕਰੇ ਕੁਰਾਨ ਸ਼ਰੀਫ ਕੁਰਾਨ ਕਰਨਾ ਮਾਤਾ ਜੀ ਵੀ ਪਾਠ ਕਰਦੇ ਹੁੰਦੇ ਸੀ ਮਾਤਾ ਜੀ ਗੱਲ ਭੁੱਲ ਗਈ ਅੱਜ ਉਹਨਾਂ ਦਾ ਭਗਤ ਸਿੰਘ ਹੋਰਾਂ ਦੀ ਕਿੰਨੀ ਕੁ ਯਾਦ ਆਉਂਦੀ ਆ ਯਾਦਾਂ ਭਾਜੀ ਪਰਾਇਆ ਯਾਦ ਆਉਣਾ ਸੀ ਕੋਈ ਹੋਰ ਗੱਲ ਦੱਸੋ ਜੋ ਤੁਸੀਂ ਸਰਦਾਰ ਭਗਤ ਸਿੰਘ ਹੋਰਾਂ ਦੇ ਵਿੱਚ ਵੇਖੀ ਤੁਹਾਡਾ ਭਰਾ ਸੀ ਤੁਸੀਂ ਇਕੱਠੇ ਖੇਡੇ ਇੱਕੋ ਵਿਹੜੇ ਦੇ ਵਿੱਚ ਕਹਿੰਦੇ ਕੀ ਚੀਜ਼ ਦੁੱਧ ਸਾਰਾ ਪੀ ਲਿਆ ਕਿਹੜਾ ਹੋਰ ਮੀਆਂ ਸਭ ਤੋਂ ਜ਼ਿਆਦਾ ਪਿਆਰ ਭਗਤ ਸਿੰਘ ਕਿਹੜੀ ਭੈਣ ਨੂੰ ਕਰਦੇ ਸੀ ਭੈਣਾਂ ਸਾਰੀਆਂ ਇੱਕੋ ਜਿਹੀਆਂ ਆਉਂਦੀਆਂ ਪਰ ਮੇਰੇ ਨਾਲ ਪਿਆਰ ਜ਼ਿਆਦਾ ਲੱਗ ਜਾਂਦੇ ਸੀਗੇ ਮੈਂ ਉਹਨਾਂ ਛੋਟੀ ਸੀ ਉਹਨਾਂ ਦਾ ਨਾਂ ਸੁਣਨ ਲੱਗ ਗਈ ਦੂਜੀ ਭੈਣ ਮਗਰੋਂ ਆ ਗਈ ਛੇਤੀ ਸ਼ਕੁੰਤਲਾ ਉਹ ਇਸ ਕਰਕੇ ਫਿਰ ਮੈਨੂੰ ਜ਼ਿਆਦਾ ਪਿਆਰ ਕਰਦੇ ਲੈਣ ਲੈਣ ਸੁਣਨ ਲੱਗ ਗਈ ਨਾ ਨਾਲ ਹੋਈਆਂ ਗੱਲਾਂ ਪੁੱਛਦੇ ਹੱਸਦੇ ਨੇ ਪਰ ਹੱਸਦੇ ਨੇ ਉਹਨਾਂ ਨੂੰ ਮੈਨੂੰ ਪਿਆਰ ਕਰਨਾ ਉਹ ਕੁਝ ਦੇ ਪਿਆ ਮੀਂਹ ਮੀਂਹ ਬਸ ਮਰ ਗਈ ਤੁਸੀਂ ਆਖਰੀ ਵਾਰੀ ਕਦੋਂ ਉਹਨਾਂ ਨੂੰ ਮਿਲੇ ਸੀਗੇ ਫਿਰ ਆਖਰੀ ਵਾਰੀ ਉਦੋਂ ਮਿਲੇ ਪੱਗ ਬੰਨੀ ਸੀ ਕਿ ਉਹਨਾਂ ਦੇ ਪਹਿਲਾਂ ਪੱਗ ਬੰਨਦੇ ਹੁੰਦੇ ਸੀ ਪੱਗ ਬੰਨਦੇ ਸੀ ਤੁਹਾਨੂੰ ਕਦੇ ਉਹਨਾਂ ਤੋਂ ਬਾਅਦ ਉਹਨਾਂ ਨੇ ਏਡੀ ਵੱਡੀ ਤੁਹਾਡੇ ਵੀਰ ਨੇ ਕੁਰਬਾਨੀ ਦਿੱਤੀ ਇੰਡੀਆ ਆਜ਼ਾਦ ਹੋ ਗਿਆ ਉਦੋਂ ਬਾਅਦ ਆਜ਼ਾਦ ਹੋ ਗਿਆ ਸਰਕਾਰ ਬਣ ਗਈ ਕਦੇ ਤੁਹਾਨੂੰ ਜਿਹੜੇ ਇੱਥੇ ਆਪਣੇ ਹੁਣ ਸਰਕਾਰ ਬਣੀ ਆ ਉਹਨਾਂ ਨੇ ਕਦੇ ਆ ਕੇ ਤੁਹਾਨੂੰ ਪੁੱਛਿਆ ਵੀ ਤੁਹਾਡਾ ਕੀ ਹਾਲ ਚਾਲ ਆ ਮੈਂ ਭਾਰਤ ਦੇ ਵਿੱਚ ਜਾਂ ਪੰਜਾਬ ਚ ਲੀਡਰ ਕਿਹੜੇ ਚੰਗੇ ਲੱਗਦੇ ਆ ਮੈਨੂੰ ਲੀਡਰ ਚੰਗੇ ਲੱਗਦੇ ਅੱਛਾ ਇੱਕੋ ਹੀ ਚੰਗੀ ਹੈ ਕੌਣ ਪਿੱਛੇ ਇੱਕੋ ਚੰਗੀ ਹੈ ਅੱਛਾ ਕਰਦੀ ਸੀ ਅੱਛਾ ਗੋਲੀਆਂ ਲਾ ਕੇ ਬੀਬੀ ਭੱਠਲ ਨੂੰ ਕੁਛ ਕਹਿਣਾ ਤੁਸੀਂ ਮਿਲਣਾ ਉਹਨੂੰ ਇੱਥੇ ਸੱਦ ਕੇ ਮਿਲੀਏ ਇੰਡੀਆ ਜਾ ਕੇ ਮਿਲਣਾ ਅਸੀਂ ਜ਼ਰੂਰ ਤੁਹਾਡਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬੀਬੀ ਰਜਿੰਦਰ ਕੌਰ ਭੱਠਲ ਹਨਾ ਉਹਨਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਠੀਕ ਹੈ ਜੀ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਬਹੁਤ ਹੀ ਚੰਗਾ ਲੱਗਾ ਬੀਬੀ ਨੂੰ ਵੀ ਚੰਗਾ ਲੱਗਾ ਬੀਬੀ ਨੂੰ ਵੀ ਚੰਗਾ ਲੱਗਾ ਇਹ ਆਏ ਥੈਂਕ ਯੂ ਦਰਸ਼ਨ ਹੋ ਗਿਆ ਥੈਂਕ ਯੂ